ਅਮਰੀਕਾ ਦੇ ਨਿਊ ਜਰਸੀ ਤੋਂ ਸਾਹਮਣੇ ਆਈ ਇਸ ਵੀਡੀਓ ਨੂੰ ਵੇਖ ਹਰ ਸਿੱਖ ਦਾ ਸੀਨਾ ਫਕਰ ਨਾਲ ਚੌੜਾ ਹੋ ਜਾਂਦਾ ਹੈ ਇਹ ਡਾਕਟਰ ਮਾਲਵਿੰਦਰ ਸਿੰਘ ਹਨ ਅਤੇ ਇਸ ਵੱਖਰੇ ਅੰਦਾਜ਼ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਕੋਵਿਡ-19 ਮਹਾਂਮਾਰੀ ਦੀ ਸਭ ਤੋਂ ਵੱਧ ਮਾਰ ਚੱਲ ਰਹੀ ਅਮਰੀਕਾ ਵਿੱਚ ਸਭ ਤੋਂ ਵੱਧ ਅਸਰ ਅੰਦਾਜ਼ ਸ਼ਹਿਰਾਂ 'ਚੋਂ ਇੱਕ ਨਿਊਯਾਰਕਸੀ ਵਿੱਚ ਡਾਕਟਰ ਮਾਲਵਿੰਦਰ ਸਿੰਘ ਬਲੋਂ ਨੇ ਬਾਈਆਂ ਸੇਵਾਵਾਂ ਦਾ ਕੁਝ ਇਸ ਅੰਦਾਜ਼ ਵਿੱਚ ਧੰਨਵਾਦ ਕੀਤਾ ਗਿਆ। ਗੱਡੀਆਂ ਦਾ ਇੱਕ ਕਾਫਲਾ ਡਾਕਟਰ ਮਾਲਵਿੰਦਰ ਸਿੰਘ ਹੂਰਾ ਦਾ ਸਨਮਾਨ ਕਰਨ ਆਇਆ ਹੈ। ਡਾਕਟਰ ਮਾਲਵਿੰਦਰ ਸਿੰਘ ਹੂਰਾ ਵੱਲੋਂ ਵੀ ਹੱਥ ਹਲਾ ਕੇ ਸਭ ਦਾ ਇਸਤਕਬਾਲ ਕੀਤਾ ਗਿਆ। ਸੜਕ ਤੇ ਉਹਨਾਂ ਦੀਆਂ ਸੇਵਾਵਾਂ ਨੂੰ ਸਜਦਾ ਕਰਨ ਵਾਲਿਆਂ ਦੀ ਲੰਬੀ ਲਾਈਨ ਸੀ। ਇਕ ਤੋਂ ਬਾਅਦ ਇੱਕ ਗੱਡੀਆਂ ਦਾ ਕਾਫਲਾ ਅੱਗੇ ਵਧ ਰਿਹਾ ਸੀ ਹਰ ਕੋਈ ਹੱਥ ਹਿਲਾ ਉਹਨਾਂ ਦੀਆਂ ਤਸਵੀਰਾਂ ਖਿੱਚ ਉਹਨਾਂ ਵੱਲੋਂ ਨਿਭਾਈ ਜਾ ਰਹੀ ਜ਼ਿੰਮੇਵਾਰੀ ਦਾ ਕਾਇਦ ਕਰ ਰਿਹਾ ਸੀ ਉਹਨਾਂ ਵੱਲੋਂ ਆਪਣੇ ਡਾਕਟਰੀ ਪੇਸ਼ੇ ਨੂੰ ਜਿਸ ਸਿੱਦਤ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹਨ ਜਾਣ ਲੇਵਾ ਬਣੀ ਇਸ ਮਹਾਮਾਰੀ ਦੌਰਾਨ ਕਈ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ ਭਾਰਤੀ ਮੂਲ ਦੇ ਡਾਕਟਰ ਮਾਲਵਿੰਦਰ ਸਿੰਘ ਜੰਮੂ ਦੇ ਗੁਰੂ ਨਾਨਕਪੁਰਾ ਤੋਂ ਹਨ ਅਤੇ ਇਸ ਵੇਲੇ ਉਹ ਅਮਰੀਕਾ ਦੇ ਨਿਊ ਜਰਸੀ ਵਿੱਚ ਹਨ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਡਾਕਟਰ ਮਾਲਵਿੰਦਰ ਸਿੰਘ ਉਹਨਾਂ तमाम ਡਾਕਟਰਾਂ ਵਿੱਚ شمار ਹਨ ਜੋ ਦਿਨ ਰਾਤ ਇਸ ਮਹਾਮਾਰੀ ਦੌਰਾਨ ਲੋਕਾਂ ਨੂੰ ਬਚਾਉਣ ਵਿੱਚ ਫਰੰਟਲਾਈਨ ਤੇ ਤਾਇਨਾਤ ਹਨ ਅਮਰੀਕਾ ਵਿੱਚ ਰੋਜ਼ਾਨਾ ਹਜ਼ਾਰਾਂ ਮਰੀਜ਼ ਇਸ ਵਾਇਰਸ ਨਾਲ ਪ੍ਰਭਾਵਿਤ ਹੋ ਹਸਪਤਾਲਾਂ ਵਿੱਚ ਪਹੁੰਚ ਰਹੇ ਹਨ 70000 ਤੋਂ ਵੱਧ ਇਸ ਦਰਮਿਆਨ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਲੱਖਾਂ ਹਸਪਤਾਲਾਂ ਵਿੱਚ ਪਏ ਹਨ ਅਮਰੀਕੀ ਹਸਪਤਾਲ ਅਮਰੀਜ਼ਾਂ ਨਾਲ ਭਰਦੇ ਜਾ ਰਹੇ ਹਨ ਲਾਜ ਇਲਾਜ ਹੋਏ ਇਸ ਵਾਇਰਸ ਨਾਲ ਨਜਿੱਠਣ ਲਈ ਅਮਰੀਕੀ ਸਰਕਾਰ ਦੀਆਂ ਕੋਸ਼ਿਸ਼ਾਂ ਦਰਮਿਆਨ ਦੂਜੇ ਰੱਬ ਦਾ ਦਰਜਾ ਰੱਖਦੇ ਡਾਕਟਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹਨ ਇਹ ਅਸਲ ਮਾਇਨੇ ਵਿੱਚ ਕੋਵਿਡ ਵਾਰੀਅਰ ਹਨ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਹਰ ਮਰੀਜ਼ ਦਾ ਇਲਾਜ ਪੂਰੀ ਸ਼ਿੱਦਤ ਨਾਲ ਕਰ ਰਹੇ ਹਨ ਅਤੇ ਉਹਨਾਂ ਦੇ ਸਨਮਾਨ ਦੀਆਂ ਇਹ ਤਸਵੀਰਾਂ ਉਹਨਾਂ ਦੀ ਇਸ ਸੇਵਾ ਭਾਵਨਾ ਦਾ ਸਨਮਾਨ ਦੇਣ ਵਾਲੀਆਂ ਹਨ ਡਾਕਟਰ ਮਾਲਵਿੰਦਰ ਸਿੰਘ ਪਿਛਲੇ 20 ਸਾਲ ਤੋਂ ਡਾਕਟਰੀ ਪੇਸ਼ੇ ਨੂੰ ਸੁਭਾਵਾਂ ਦੇ ਰਹੇ ਹਨ ਉਹ ਨਿਊ ਜਰਸੀ ਦੇ ਵੈਸਟਵੁੱਡ ਵਿੱਚ ਤਨਾਤ ਹਨ ਉਹ ਫੇਫੜਿਆਂ ਅਤੇ ਸਾਹ ਸੰਬੰਧੀ ਰੋਗਾਂ ਦੇ ਮਾਹਿਰ ਹਨ ਅਤੇ ਕਰੋਨਾ ਵਾਇਰਸ ਮਹਾਮਾਰੀ ਦੌਰਾਨ ਉਹ ਲਗਾਤਾਰ ਫਰੰਟ ਲਾਈਨ ਤੇ ਕੰਮ ਕਰ ਰਹੇ ਹਨ ਉਹਨਾਂ ਨੂੰ ਵੱਖਰੇ ਅੰਦਾਜ਼ ਵਿੱਚ ਦਿੱਤੀ ਗਈ ਇਹ ਸਲਾਮੀ ਪੂਰੀ ਸਿੱਖ ਕੌਮ ਦਾ ਮਾਣ ਵਾਲੀ ਹੈ ਉਹਨਾਂ ਵੱਲੋਂ ਨਵਾਈਆਂ ਜਾ ਰਹੀਆਂ ਸੇਵਾਵਾਂ ਦਾ ਵੱਖਰੇ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ ਹੈ ਜੋ ਆਪਣੇ ਆਪ ਵਿੱਚ ਕਾਬਲੇ ਤਾਰੀਫ ਹੈ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ